ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦਿਊ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਈਟੀਟੀ 2364 ਪੋਸਟਾਂ ਦੇ ਨਾਲ ਸੰਬੰਧਤ ਇਹ ਪੋਸਟਾਂ ਆਈਆਂ ਸੀ ਤਾਂ ਇਹਨਾਂ ਦੀ ਜਿਹੜੀ ਪੇਪਰ ਦੀ ਤਾਰੀਖ ਦਾ ਉਹ ਐਲਾਨ ਕਰ ਦਿੱਤਾ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ 2364 ਪੋਸਟਾਂ ਜੋ ਆਊਟ ਹੋਈਆਂ ਸੀ ਸੋ ਰੋਲ ਨੰਬਰ ਪੇਪਰ ਦਾ ਸਥਾਨ ਕਿੱਥੇ ਹੋਵੇਗਾ ਪੇਪਰ ਦਾ ਸਮਾਂ ਕਿੰਨਾ ਹੋਵੇਗਾ ਟਾਈਮ ਕਿੰਨਾ ਹੋਵੇਗਾ ਤੇ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਇਸ ਵੈਕੈਂਸੀ ਦੇ ਨਾਲ ਸੰਬੰਧਤ ਜੋ ਵੀ ਨੋਟਿਸ ਲੈਣਾ ਚਾਹੁੰਦਾ ਹੈ ਤੋਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਹਿਸਟਰੀ ਦੇ ਮਹੱਤਵਪੂਰਨ ਪ੍ਰਸ਼ਨ ਉੱਤਰ ਨੇ ਕਿਉਂਕਿ ਇਹ ਇਗਜ਼ਾਮ ਦੇ ਵਿੱਚ ਹੈ ਜਿਹੜਾ ਉਹ ਮਿਕਸ ਸਬਜੈਕਟ ਦੇ ਹੈ ਜੋ ਪ੍ਰਸ਼ਨ ਉੱਤਰ ਪੁੱਛੇ ਜਾਣਗੇ ਤਾਂ ਸ਼ੇਅਰ ਕਰਦੇ ਹਾਂ ਜੀ ਤੁਹਾਡੇ ਨਾਲ ਪੂਰਾ ਨੋਟੀਫਿਕੇਸ਼ਨ ਤਈਏ ਜੀ ਉਹ ਨੋਟੀਫਿਕੇਸ਼ਨ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਮਿਤੀ 6 ਤੰਤੂ 2020 ਨੂੰ 2364 ਈਟੀਟੀ ਅਧਿਆਪਕਾਂ ਦੀਆਂ ਪੋਸਟਾਂ ਭਰਨ ਸੰਬੰਧੀ ਵਿਗਿਆਪਨ ਦਿੱਤਾ ਗਿਆ ਸੀ ਇਹਨਾਂ ਅਸਾਮੀਆਂ ਦਾ ਲਿਖਤੀ ਪੇਪਰ 29 11 2020 ਦਿਨ ਐਤਵਾਰ ਨੂੰ ਸਮਾਂ ਸਵੇਰੇ 10:00 ਵਜੇ ਤੋਂ 11:40 ਤੱਕ ਕੁੱਲ 100 ਮਿੰਟ ਹੋਵੇਗਾ ਟੈਸਟ ਦਾ ਸਥਾਨ ਰੋਲ ਨੰਬਰ ਸਲਿੱਪ ਜਾਰੀ ਕਰਤੇ ਦਰਸਾਇਆ ਜਾਵੇਗਾ ਯਾਨੀ ਕਿ ਤੁਹਾਡੇ ਜੋ ਟੈਸਟ ਦਾ ਸਥਾਨ ਹੋਵੇਗਾ ਉਹ ਤੁਹਾਡੇ ਰੋਲ ਨੰਬਰ ਤੇ ਹੋਵੇਗਾ ਸੁਬਾਕੀ ਜੋ ਵੀ ਇਹ ਨਾਲ ਸੰਬੰਧਿਤ ਹੋਰ ਅਪਡੇਟ ਆਏਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਜੀ ਬਾਕੀ ਆਪਣੀ ਤਿਆਰੀ ਜਿਹੜੀ ਤੁਸੀਂ ਸਟਾਰਟ ਕਰ ਦਿਓ ਏਟੀਟੀ ਵਾਲੇ ਇਹਦਾ ਐਗਜ਼ਾਮ ਹੈ ਜਿਹੜੇ ਦੇ ਵਿੱਚ ਮਿਕਸਡ ਸਬਜੈਕਟ ਦੇ ਤੌਰ ਤੇ ਤੁਹਾਨੂੰ ਪ੍ਰਸ਼ਨ ਉੱਤਰ ਪੁੱਛੇ ਜਾਣਗੇ ਹਿਸਟਰੀ ਦੇ ਜੋ ਵੀ ਨੋਟਸ ਲੈਣਾ ਚਾਹੁੰਦਾ ਹੈ ਦਾ ਸਾਡੇ ਕੋਲ ਵਨ ਲਾਈਨਰ ਪ੍ਰਸ਼ਨ ਉੱਤਰ ਹੈਗੇ ਨੇ ਤੇ ਨਾਲ ਹੀ ਜੀਓਗ੍ਰਾਫੀ ਤਾਂ ਦੋਨੋਂ ਨਾਲ ਤੁਸੀਂ ਪੀਡੀਐਫ ਲੈ ਸਕਦੇ ਹੋ ਸਮ ਚਾਰजेस ਨੇ ਇਹਨਾਂ ਦੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਆਪਣਾ ਨੰਬਰ ਇਸ ਵੀਡੀਓ ਦੇ ਵਿੱਚ ਕਮੈਂਟ ਕਰ ਸਕਦੇ ਹੋ ਜੋ ਵੀ ਇਹ ਨੋਟਸ ਲੈਣਾ ਚਾਹੁੰਦੇ ਨੇ ਸੋ ਬਾਕੀ ਜੋ ਵੀ ਅਪਡੇਟ ਆਏਗੀ ਜਿਸ ਸਮੇਂ ਸਿਰ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਧੰਨਵਾਦ